ਸਭ ਸੁਖ ਬੰਦ ਤੂੰ ਪੁੱਤ ਭਾਈ ਰਾਮ ਦੋਸ ਤੇਰੀ ਪਾਇਆ ਅੰਤੇ ਸਤਿਗੁਰੂ ਭੁਲਿਆ ਸਤਿਓ ਹਰ ਹਰ ਕਥਾ ਪੜਾ ਤੁਰਨ ਦਿਓ ਹਰ ਕਥਾ ਪੜੀਏ ਹਰ ਨਾਮ ਸੁਣੀਏ ਬੇਬਾਨ ਹਰ ਰੰਗ ਗੁਰ ਭਾਵੇ ਪਿੰਡ ਪਤਨ ਦੀਵਾ ਪਿੰਡ ਪਤਨ ਕਿਰਿਆ ਦੀਵਾ ਫੁੱਲ ਹਰ ਜਾਣੀਓ ਰਾਮਦਾਸ ਸੁਣੀ ਤਿਨਕ ਦੀਆ ਗੁਰ ਸ਼ਬਦ ਸੱਚ ਨਿਸ਼ਾਨੀਓ ਸਤਿਗੁਰ ਪੁਰਖ ਜੇ ਬੋਲਿਆ ਗੁਰ ਸਿੱਖਾ ਮਨ ਲਈ ਜਾਏ ਦਿਓ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸ ਪੈਰੀ ਪਾਏ ਦਿਓ ਸਭ ਪਵੈ ਪੈਰੀ ਸਤਿਗੁਰ ਤੇਰੀ ਜਿਥੇ ਗੁਰੂ ਆਪ ਰਖਿਆ ਕੋਈ ਕਰ ਦਸੀ ਜਿਵੇ ਨਾਹੀ ਫਿਰ ਸਤਿਗੁਰੂ ਆਣ ਨਿਭਾਇਆ ਹਰ ਗੁਰ ਭਾਣਾ ਦੀ ਵਡਿਆਈ ਧੁਰ ਲਿਖਿਆ ਲਿਖ ਜਾਏ ਦਿਓ ਕਹੇ ਸੁੰਦਰ ਸੁਣੋ ਸਤੋ ਸਭ ਜਗਤ ਪੈਰੀ ਪਾਏ ਦਿਓ ਕਹੇ ਸੁੰਦਰ ਸੁਣੋ ਸਤੋ ਸਭ ਜਗਤ ਪੈਰੀ ਪਾਏ ਦਿਓ ਰਾਮ ਕਰੀ ਮਹਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਤ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆ ਸ਼ਬਦ ਗਾ ਬਣਾਈਆਂ ਸ਼ਬਦੋ ਤਾਂ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ ਤੂੰ ਸਦਾ ਹੋਰ ਨਾਵੇਂ ਤੋ ਮਨ ਮੇਰੇ ਦੁੱਖ ਸਭ ਸਾਰਣਾ ਅੰਗੀਕਾਰ ਕਰ ਤੇਰਾ ਕਾਰਜ ਸੰਸਾਰਣਾ ਸਭਨਾ ਗਲਾਹ ਸਮਰਤ ਸੁਆਗੇ ਸੁਖ ਮਨ ਵਿਸਾਰੇ ਕਹਿ ਨਾ ਨਹੀਂ ਕਰ
ਘਰ ਤੇਰਾ ਘਰ ਤਾਂ ਤੇਰਾ ਸਭ ਕੁਛ ਜਿਸ ਦੇ ਸੋ ਪਾਵੇ ਸਦਾ ਸੰਗਤ ਨਾ ਤੇ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਚੰਦਰ ਚਿਤਰਾਈ ਕਿਨੈ ਨਾ ਪਾਇਆ ਚਿਤ
ਦੁਰਾਈ ਨਾ ਪਾਇਆ ਕਿਰੇ ਖੂਨ ਸੁਣ ਮਨ ਮੇਰਿਆ ਇਹ ਮਾਇਆ ਮੋੜੀ ਜਿਹਨੇ ਇੱਕ ਭਰ ਭੁਲਾਇਆ ਮਾਇਆ ਮਾਇਆ ਤਾਂ ਮੋਣੀ ਤਿਨਾ ਕੀਤੀ ਜਿੰਠ ਗੋਲੀ ਪਾਈ ਕੁਰਬਾਨ ਕੀਤਾ ਮਨ ਚੰਚਲ ਚੁਟਰਾਈ ਕਿਨਾ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸਮਨ ਇਹੋ ਕੁਟੰਬ ਤੂੰ ਸਾਥ ਤੇਰਾ ਚੱਲੇ ਨਹੀਂ ਤਿਸ ਨਾਲ ਕਿਉਂ ਚੁਕਲਾਈਏ ਐਸਾ ਕੰਮ ਮੁਰੇ ਨਾ ਕੀਚੈ ਜਿਤ ਅੰਤ ਖੁਸ਼ਕਾਈਏ ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਸਦਾ ਸੱਚ ਸਮਲ ਨਾ ਪਾਇਆ ਅੰਤੋ ਨਾ ਪਾਇਆ ਕਿਰੇ ਤੇਰਾ ਆਪਣਾ ਤੂੰ ਜਾਣਹੇ ਜੀ ਜਸ ਕਰ ਤੇਰੇ ਤੇਰਾ ਕਿਆ ਕੋ ਆਖਰ ਖਾਣ ਆਖੇ ਤਾਂ ਵਿਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਰਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਸਭ ਤੁਰ ਪਾਏ ਏਕ ਵੇਦ ਪ੍ਰਸੰਨਿਆ ਲਾਭ ਲੋਭ ਹੰਕਾਰ ਚੁਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਤੂੰ ਪਾਵੇ ਕਰੀ ਨਾ ਪਾਇਆ ਕਹੇ ਨਾਨਕ ਸਭ ਸੁਣਾਇਆ ਸਤਿਗੁਰ ਸੁਣਾਇਆ ਪਵਿੱਤ ਹੋਏ ਸੇ ਜਨਾ ਜਿਨੀ ਹੱਥੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮੰਗ ਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੌਰਮੁਖ ਹਰ ਧਿਆਇਆ ਕਰਨੀ ਸੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀ ਹੋ ਰਹੇ ਗੁਰ ਨਾਲੇ ਪਰਣਾ ਗੁਰ ਮੇਲ ਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਵੇ ਜੇ ਕੋ ਗੁਰ ਤੇ ਬੇਮੁਖ ਹੋਵੇ ਫਿਰ ਸਤਿਗੁਰ ਮੁਕਤ ਨਾ ਪਾਵੇ ਕੋ ਬੇਮੁਖ ਹੋਵੇ ਫਿਰ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਠੈ ਕੋਈ ਪੁੱਛੋ ਵੇਖੀਆਂ ਜਾਏ ਅਨੇਕ ਜੁਨੀ ਭਰਮੇ ਆਵੇ ਫਿਰ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਲਚਾਣੀ ਸਤਿਗੁਰੂ ਸਭ ਤਾਂ ਗਾਵੋ ਗੁਰੂ ਤੇਰੀ ਬਾਣੀ ਅਸਲ ਬਾਣੀ
ਜਨਕੋ ਨਗਰ ਧਰਮ ਹੋ ਪ੍ਰਮਾਣੀ ਪੀਓ ਅੰਮ੍ਰਿਤ ਸਦਾ ਹੋ ਪਿਓ ਸਰਨ ਪਾਣੀ ਕਹੇ ਨਾਨਕ ਸਦਾ ਗਾਹੋ ਇਹ ਸੱਚੀ ਬਾਣੀ ਸਤਿਗੁਰੂ ਬਿਨਾਂ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੌਂਦੇ ਕੱਚੇ ਕੱਚੀ ਆਖਰ ਖਾਣੀ ਹਰ ਹਰ ਨਿਤ ਕਹਿ ਵਿਸਨਾ ਕਹਿ ਕਸੁਨਾ ਗਾਣੀ ਚਿਤ ਜਨਤ ਹਵਦਾਇਆ ਮਾਇਆ ਬੋਲਣ ਪੈਰ ਬਾਣੀ ਕਹੇ ਨਾਨਕ ਸਤਿਗੁਰੂ ਵਾਜੋ ਹੋਰ ਕੱਚੀ ਬਾਣੀ ਗੁਰਤਾ ਸਬਦ ਰਤਨ ਹੈ ਹੀਰੇ ਜਿਤ ਜੜਾਓ ਸਬਦ ਰਤਨ ਜਿਤ ਮਨ ਲਾਗਾ ਉੜਿਆ ਭਾਓ ਆਪੇ ਹੀਰਾ ਰਤਨ ਆਪੇ ਜਿਸਨੋ ਦੇ ਬੁਝਾਏ ਕਹੇ ਨਾਨਕ ਸਬਦ ਰਤਨ ਹੈ ਹੀਰਾ ਜਿਤ ਜੜਾਓ ਸਭ ਸਬਦ ਆਪੋ ਪਾਏ ਕਹਿ ਕਰਤਾ ਫਿਰ ਹੁਕਮ ਵਰਤਾਏ ਹੁਕਮ ਵਰਤਾਏ ਆਪ ਵੇਖੈ ਗੁਰਮੁਖ ਸਾਹਿਬ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸਬਦ ਮਨ ਵਸਾਏ ਗੁਰਮੁਖ ਜਿਸਨੋ ਆਪ ਕਰੇ ਸੋ ਹੋਵੇ ਤਸੁਰ ਲਾਏ ਕਹਿ ਨਾਨਕ ਆਪ ਕਰਤਾ ਹੈ ਆਪੇ ਹੁਕਮ ਬੁਝਾਏ ਸਿਮਰਤ ਸਾਸਤਰ ਪੁਨ ਪਾਵੀ ਚਾਰ ਤਾ ਸਾਰ ਨਾ ਜਾਣੀ ਤਤਾ ਸਾਰ ਨਾ ਜਾਣੀ ਗੁਰੂ ਵਾਜੋ ਤਾ ਸਾਰ ਨਾ ਜਾਣੀ ਤੇਈ ਗੁਣੀ ਸੰਸਾਰ ਧਰਮ ਸੁਤਰਾ ਸੁਤਰਾ ਬਿਹਾਣੀ ਗੁਰ ਕਿਰਪਾ ਤੇ ਸਿਰਜਣ ਜਾਗੇ ਜਿਨਾ ਹਰ ਮਨ ਵਸਿਆ ਬੋਲੇ ਅੰਤ ਬਾਣੀ ਕਹੇ ਨਾਨਕ ਸੁਰਤ ਬਾਣੀ ਜਿਸਨੋ ਆਂਗਨ ਹਰ ਮਨ ਲਾਗੇ ਜਾਗਤ ਰਹਿਣ ਬਿਹਾਣੀ ਮਾਤਾ ਤੇ ਉਦਰ ਮੈਂ ਦਰਬਾਰ ਕਰੇ ਸੋ ਗਮਨੋ ਵਸਾਰੀਏ ਸਕੀ ਜਿਸਨੋ ਆਪਣੀ ਲਿਵ ਲਾਵੇ ਆਪਣੀ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਏ ਕਹੇ ਨਾਮ ਕੇ ਉੜਦਾਤਾ ਸੋ ਗਮਨੋ ਵਸਾਰੀਏ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਪਾਇਆ ਮਾਇਆ ਅਗਨ ਸਭੇ ਕੋ ਜਿਹੀ ਕਰਤਾ ਕੇ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲੈ ਛੁੜਕੀ ਨਦੀ ਤ੍ਰਿਣਾ ਮਾਇਆ ਪਰਵਤਾਇਆ ਇਹ ਮਾਇਆ ਜਿਤ ਹਰ ਵਿਸਰਾਇਆ ਮੋਹ ਪਜਾ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨਾ ਦਿਨ ਲਾਗੀ ਤਿਨੀ ਵਿੱਚ ਮਾਇਆ ਪਾਇਆ ਹਰ ਆਪ ਮੁਲਕ ਹੈ ਮਨ ਨਾ ਪਾਇਆ ਜਾਏ ਮੁਲ ਨਾ ਪਾਇਆ ਜਾਏ ਕਿਸਨ ਢੂੰਢੇ ਲੋਕ ਮਿਲ ਲਾਏ ਐਸਾ ਸਤਿਗੁਰ ਜੇ ਮਿਲੈ ਕਿਸਨੋ ਸਿਰ ਸੁਣੀਏ ਵਿੱਚੋ ਆਪ ਜਾਏ ਜਿਸ ਦਾ ਜਿਉ ਕਿਸ ਮਿਲ ਰਹੇ ਹਰ ਵਸਨ ਆਏ ਹਰ ਆਪ ਮੁਲਕ ਹੈ ਭਗਤ ਤੇ ਨਾਨਕਾ ਜਿਨ ਹਰ ਪਰਲੈ ਪਾਏ ਹਰ ਰਾਸ ਮੇਰੀ ਮਨ ਬਣਜਾਰਾ ਹਰ ਰਾਸ ਮੇਰੀ ਮਨ ਬਣਜਾਰਾ ਸਤਿਗੁਰ ਤੇਰਾ ਜਾਣੀ ਹਰ ਹਰ ਨਿਤ ਜਪਿਓ ਜੀਓ ਲਹਾ ਖਟਿਓ ਦਿਹਾੜੀ ਇਹੋ ਧਨ ਤਿਨਾ ਮਿਲਿਆ ਜਿਨ ਹਰ ਆਪੇ ਭਾਣਾ ਕਹੇ ਨਾਨਕ ਹੋਏ ਹਰ ਰਾਸ ਮੇਰੀ ਮਨ ਹੋਆ ਬਣਜਾਰਾ ਇਹ ਰਸਨਾ ਤੋਂ ਮਨ ਰਸਨਾ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤਿਤਕੈ ਜਿਤਰ ਹਰ ਰਸ ਪਲੈ ਨਾ ਪਾਏ ਹਰ ਰਸ ਪਾਏ ਪਲੈ ਪੀਏ ਹਰ ਰਸ ਹੋਣਾ ਤੁਨਾ
ਮਨ ਆਏ ਇਹੋ ਹਰ ਕਰਨੀ ਪਾਈਐ ਸਤਿਗੁਰ ਮਿਲੈ ਦਿਸ ਜਾਏ ਕਹੈ ਨਾਨਕ ਹੋਰ ਅੰਮ੍ਰਿਤਸਰ ਦਿਸਰੇ ਜਾ ਹਰ ਵਸੈ ਮਨ ਆਏ ਏਸ ਵੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਨ ਜਿਉ ਉਪਾਏ ਜਗ ਦਿਖਾਇਆ ਗੁਰਬਲ ਸਾਧੀ ਬੁਝਿਆ ਤਾਂ ਚਲਤ ਹੋਆ ਚਲਤ ਨਗਰੀ ਆਇਆ ਕਹੇ ਨਾਨਕ ਸ੍ਰਿਸ਼ਟਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਗੁਰ ਚਰਨ ਲਾਗੇ ਦਿਨਸ ਭਾਗੇ ਆਪਣਾ ਦਿਲ ਜਾਪੇ ਅਨਹਦ ਬਾਣੀ ਗੁਰ ਸਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭਾਪ ਮਿਲਿਆ ਕਰਨ ਕਾਰਨ ਜੋਗੋ ਇਸ ਵੀਰਾ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਇਹ ਕਰਮ ਕਮਾਇਆ ਤੁਧ ਵੀਰਾ ਜਾ ਤੂੰ ਜਗ ਲੋ ਮੇਰਿਓ ਹਰ ਤੁਮ ਮੈਂ ਜੋ ਕਰੀ ਹਰ ਜਨੇ ਉਹਨਾਂ ਦੇਖੋ ਕੋਈ ਹਰ ਜਨੇ ਉਹਨਾਂ ਦੇਖੋ ਕੋਈ ਨਗਰੀ ਹਰ ਨਿਹਾਲਿਆ ਇਹੋ ਵਿਅਰਥ ਸੰਸਾਰ ਤੁਮ ਦੇਖਦੇ ਇਹੋ ਹਰਤਾ ਰੂਪ ਹੈ ਹਰ ਦਾ ਪ੍ਰਮਾਣ ਹੈ ਜਿਹਾ ਕੀ ਲਿਖਿਆ ਤਿਹਾ ਹੁਕਮ ਕਮਾਏ ਕਦੇ ਅਵੇ ਨਾਨਕਾ ਸਦੇਵ ਜੀ ਹੈ ਜੇ ਅਨੁਸਾਰ ਇਸ ਵਿਅਰਥ ਗੁਰੂ ਦੀ ਯਾਤਰਾ ਕਰਦੇ ਹੋਏ ਸ੍ਰੀ ਕੁਲਦੀਪ ਚੰਦ ਜਿਹਨੇ ਉਹਨਾਂ ਦੇ ਸੁਰਾਸਨ ਦੀ ਕੁੰਡੀ ਵਾਸ਼ੀ ਕੀਤੀ ਗਈ ਸੀ ਆਪਣੀ ਆਯੂ ਪੂਰੀ ਕਰਦੇ ਹੋਏ ਕਈ ਦਿਨਾਂ ਤੋਂ ਪਾਠ ਕਰਾਉਣਾ ਕਰ ਗਏ ਸੀ ਸੋ ਹੁਣ ਸਾਡੇ ਮਹਾਂਪੁਰਸ਼ ਸ਼੍ਰੀ ਸੰਤ 108 ਸਤਨਾਮ ਦਾਸ ਗੱਜਰ ਮਹਿਦੂਦ ਜਗਿਆਂ ਵਾਲੇ ਆਪ ਜੀ ਨੂੰ ਕੀਰਤਨ ਕਰਕੇ ਨਿਹਾਰ ਕਰਕੇ ਸਭ ਸੰਗਤਾਂ ਚੁੱਕਦਾ ਦਾਨ ਬਚਣਾ ਜੀ ਕੀਰਤਨ ਸਰਵਨ ਕਰੋ ਜਿਤਨੀ ਮਾਲਕ ਪਾਸੋਂ ਸਵਾਸਾਂ ਦੀ ਪੂੰਜੀ ਬਖਸ਼ਿਸ਼ ਹੋਈ ਸੀ ਉਸ ਪੂੰਜੀ ਨੂੰ ਭੋਗ ਕਰਕੇ ਮਨ ਦੇ ਪਾਵਨ ਚਰਨਾਂ ਵਿੱਚ ਜਾਪ ਰਾਜੇ ਨੇ ਇਹਨਾਂ ਦੀ ਆਤਮਿਕ ਸ਼ਾਂਤੀ ਲਈ ਸਮੂਹ ਪਰਿਵਾਰ ਵੱਲੋਂ ਤੁਰਕੀ ਬਾਣੀ ਆਈ ਤੇ ਸਗਲੀ ਚਿੰਤਾਈ ਸਾਹਿਬ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਬਾਣੀ ਦੇ ਜਾਪ ਹੋਏ ਨੇ ਗੁਰੂ ਪਿਆਰੀ ਸਾਹ ਸੰਗਤ ਜੀ ਆਓ ਕੁਛ ਸਮੇਂ ਵਾਸਤੇ ਕਿਉਂਕਿ ਮੈਂ ਤਾਂ ਪਾਵਨ ਪ੍ਰਮਾਣ ਹੈ ਅੰਤੇ ਸਤਿਗੁਰ ਬੋਲਿਆ ਮੈਂ ਪਿੱਛੇ ਕੀਰਤਨ ਕਰਿਓ ਨਿਰਵਾਣ ਜੀਓ ਕੇਸੋ ਗੋਪਾਲ ਪੰਡਿਤ ਸਦਿਓ ਹਰ ਹਰ ਕਥਾ ਪਾਵਨ ਬਾਣੀ ਦਾ ਪ੍ਰਮਾਣ ਹੈ ਬਾਰੀ ਆਪੋ ਆਪਣੀ ਚਲੇ ਵਸਾਈ ਸਿੰਘ ਜਿੱਦਾਂ ਵੀ ਭੁਰਦਰ ਨਾਮ ਕਿਸੇ ਦੀ ਵਾਰੀ ਆਉਂਦੀ ਹੈ ਆਪਣੀ ਬਾਰੀ ਦੇ ਮੁਤਾਬਕ ਸਾਰਿਆਂ ਨੂੰ ਇਸ ਸੰਸਾਰ ਦੇ ਵਿੱਚ ਜਾਣਾ ਪੈਣਾ ਆਪਣੀ ਬਾਰੀ ਦੇ ਮੁਤਾਬਕ ਕਿਉਂਕਿ ਫਰੀਦਾ ਕਿੱਥੇ ਜਣੇ ਮਾਪਿਓ ਜਿਹਨੀ ਤੂੰ ਜਣਿਆ ਤੈ ਪਾਸੋਂ ਉਹ ਜੱਤ ਗਏ ਤੂੰ ਅਜੇ ਨਾ ਪੁੱਤਣਿਓ ਅੱਖੀ ਵੇਖਦਿਆਂ ਵੇਖਦਿਆਂ ਮਹਾਰਾਜ ਜੀ ਕਹਿੰਦੇ ਸਾਡੇ ਮਾਤਾ ਪਿਤਾ ਦੇ ਮਾਤਾ ਪਿਤਾ ਇਸ ਸੰਸਾਰ ਨੂੰ ਛੱਡ ਕੇ ਚਲੇ ਗਏ ਸਾਡੇ ਮਾਤਾ ਪਿਤਾ ਇੱਕ ਦੱਸਿਆ ਭਾਈ ਮਰਦਾਨਾ ਜੀ ਨੂੰ ਭਾਈ ਮਰਦਾਨਾ ਜੀ ਤੁਹਾਡੇ ਹਿਸਾਬ ਨਾਲ ਇਹ ਇਨਸਾਨ ਦਾ ਜੀਵਨ ਕਿੰਨਾ ਕੁ
ਭਾਈ ਮਰਦਾਨਾ ਜੀ ਨੇ ਹੱਥ ਜੋੜੇ ਸਤਿਗੁਰ ਸੱਚੇ ਪਾਤਸ਼ਾਹ ਹੁਣ ਦਾ ਪ੍ਰਸ਼ਾਦਾ ਛਕ ਲਿਆ, ਪਤਾ ਨੀ ਕੱਲ ਦਾ ਛਕਣਾ ਨਸੀਬ ਹੋਣਾ ਕਿ ਨਹੀਂ ਹੋਣਾ ਕੱਲ ਦਾ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਮੁਸਕਰਾਉਣ ਲੱਗੇ, ਆਖਣ ਲੱਗੇ ਭਾਈ ਮਰਦਾਨਾ ਜੀ ਇੰਨੀ ਲੰਬੀ ਆਸ ਲਾ ਕੇ ਬੈਠੇ, ਤੁਸੀਂ ਕੱਲ ਕਰਦੇ। ਭਾਈ ਬਾਲਾ ਜੀ ਨੂੰ ਪੁੱਛਿਆ, ਭਾਈ ਬਾਲਾ ਜੀ ਤੁਹਾਡੇ ਹਿਸਾਬ ਨਾਲ ਇਨਸਾਨ ਦਾ ਜੀਵਨ ਕਿੰਨਾ ਗਿਆ? ਭਾਈ ਬਾਲਾ ਜੀ ਨੇ ਹੱਥ ਜੋੜੇ ਸੋਚਿਆ, ਭਾਈ ਮਰਦਾਨਾ ਜੀ ਨੇ ਕੱਲ ਤੱਕ ਦਾ ਸਮਾਂ ਕਿਹਾ, ਆਪਾਂ ਸਮਾਂ ਘੱਟ ਕਰ ਦਿੰਦੇ। ਹੱਥ ਜੋੜੇ ਸਤਿਗੁਰ ਸੱਚੇ ਪਾਤਸ਼ਾਹ ਹੁਣ ਦਾ ਪ੍ਰਸ਼ਾਦਾ ਛਕ ਲਿਆ, ਪਤਾ ਨੀ ਦੂਸਰੇ ਡੰਗ ਦਾ ਛਕਣਾ ਨਸੀਬ ਹੋਣਾ ਕਿ ਨਹੀਂ ਹੋਣਾ ਦੂਸਰੇ ਡੰਗ ਦਾ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਫਿਰ ਮੁਸਕਰਾਉਣ ਲੱਗੇ, ਆਖਣ ਲੱਗੇ ਭਾਈ ਬਾਲਾ ਜੀ ਆਸ ਤੁਸੀਂ ਵੀ ਬੜੀ ਲੰਬੀ ਲਾ ਕੇ ਬੈਠੇ, ਦੂਸਰੇ ਡੰਗ ਤੱਕ ਇਹੀ ਲੰਬੀ ਆਸ? ਭਾਈ ਮਰਦਾਨਾ ਜੀ ਔਰ ਭਾਈ ਬਾਲਾ ਜੀ ਦੋਨਾਂ ਨੇ ਹੱਥ ਜੋੜ ਲਿਆ, ਸਤਿਗੁਰੂ ਸੱਚੇ ਪਾਤਸ਼ਾਹ ਤੁਸੀਂ ਦੱਸ ਦਿਓ ਇਨਸਾਨ ਦਾ ਜੀਵਨ ਕਿੰਨਾ ਹੈ? ਮਹਾਰਾਜ ਜੀ ਨੇ ਫਰਮਾਨ ਕੀਤਾ, ਹਮ ਆਦਮੀ ਹਾਂ, ਇੱਕ ਦਮੀ ਇੱਕ ਦਮ ਦੇ ਆਦਮੀ ਹੈ। ਗੁਰੂ ਪਿਆਰੀ ਸਾਧ ਸੰਗ ਜਿਹੜਾ ਸਵਾਸ ਅੰਦਰ ਗਿਆ, ਪਤਾ ਨਹੀਂ ਉਹਨੂੰ ਬਾਹਰ ਕੱਢਣ ਦਾ ਸਮਾਂ ਮਿਲਣਾ ਕਿ ਨਹੀਂ ਮਿਲਣਾ, ਔਰ ਜਿਹੜਾ ਸਵਾਸ ਬਾਹਰ ਹੈ ਪਤਾ ਨਹੀਂ ਅੰਦਰ ਲਿਜਾਣ ਦਾ ਸਮਾਂ ਮਿਲਣਾ ਕਿ ਨਹੀਂ ਮਿਲਣਾ। ਆ ਗਿਆ ਦਮ ਤੇ ਆਦਮੀ ਨੇ ਤੇ ਮਿੱਟੀ ਦੀ ਢੇਰੀ। ਸਤਿਗੁਰੂ ਜੀ ਆਪਣੀ ਪਾਵਨ ਬਾਣੀ ਫਰਮਾਨ ਕਰਦੇ ਆ, ਭਰਿਆ ਲੋਕਾ ਜਿਹੜਾ ਤੇਰਾ ਜੀਵਨ ਹੈ ਕਿੰਨਾ ਕੁ, ਕਿੰਨਾ ਕੁ ਜੀਵਨ ਹੈ? ਸਤਿਗੁਰੂ ਜੀ ਆਪਣੀ ਪਾਵਨ ਬਾਣੀ ਵਿੱਚ ਫਰਮਾਨ ਕਰਦੇ ਆ, ਪਾਣੀ ਮੇਰਾ ਖੁਦ ਖੁਦਾ ਅਸਮਾਨ ਸਕੀ ਜਾਤ ਦੇਖਤ ਹੀ ਛਿਪ ਜਾਏਗਾ, ਜਿਉ ਤਾਰਾ ਪੁਨਵਾਤ ਜਿਉ ਤਾਰਾ ਪੁਨਵਾਤ। ਪਾਣੀ ਕਿਹੜਾ ਬੁਲਬੁਲਾ, ਆਪਾਂ ਪਾਣੀ ਦੇ ਉੱਪਰ ਉੱਠਦੇ ਬੁਲਬੁਲਿਆਂ ਨੂੰ ਦੇਖਦੇ ਹਾਂ ਜੀਵਨ ਕਿੰਨਾ। ਮਹਾਰਾਜ ਜੀ ਕਹਿੰਦੇ ਸ਼ਨ ਮੰਗਲੇ ਬੁਲਬੁਲਾ ਪਾਣੀ ਤੇ ਉੱਠਦਾ, ਪਾਣੀ ਵਿੱਚ ਸਮਾ ਜਾਂਦਾ। ਸਤਿਗੁਰੂ ਜੀ ਫਰਮਾਨ ਕਰਦੇ, ਭਰਿਆ ਲੋਕਾ ਤੇਰਾ ਜੀਵਨ ਵੀ ਪਾਣੀ ਦੇ ਬੁਲਬੁਲੇ ਜਿੰਨਾ ਹੀ ਹੈ। ਜੈਸੇ ਜਲ ਦੇ ਬੁਲਬੁਲਾ ਉਪਜੈ ਬਿਨਸੈ ਨੀਤ, ਜਗ ਰਚਨਾ ਤੈਸੇ ਰਚੀ ਕਹੋ ਨਾਨਕ ਸੁਣ ਨੀਤ। ਮਹਾਰਾਜ ਜੀ ਕਹਿੰਦੇ ਜਗਤ ਦੀ ਰਚਨਾ ਮਾਲਕ ਨੇ ਇਸ ਤਰ੍ਹਾਂ ਦੀ ਪਾਣੀ ਦੇ ਬੁਲਬੁਲੇ ਮੰਗ ਰਚੀ ਹੋਈ। ਸ਼ਨ ਮੰਦਰ ਲਈ ਬੁਦਬੁਦਾ ਉੱਠਦਾ, ਪਾਣੀ ਵਿੱਚ ਸਮਾ ਜਾਂਦਾ। ਮਹਾਰਾਜ ਜੀ ਕਹਿੰਦੇ ਤੇਰਾ ਜੀਵਨ ਵੀ ਪਾਣੀ ਦੇ ਬੁਦਬੁਦੇ ਜਿੰਨਾ, ਪਾਣੀ ਪਿਆ ਬੁਦਬੁਦਾ ਅਸਮਾਨਸ ਕੀ ਜਾਤ ਦੇਖ ਕਹੀ ਛਿਪ ਜਾਏਗਾ, ਜਿਉ ਤਾਰਾ ਪ੍ਰਭਾਤ। ਇਸ ਤਰ੍ਹਾਂ ਪ੍ਰਭਾਤ ਦਾ ਤਾਰਾ ਦੇਖਦਿਆਂ ਦੇਖਦਿਆਂ ਛਿਪ ਜਾਂਦਾ। ਗੁਰੂ ਪਿਆਰੀ ਸਾਧ ਸੰਗਤ ਜੀ ਕੁਲਦੀਪ ਚੰਦ ਜੀ ਛਿਪੇ ਆ, ਇੱਕ ਦਿਨ ਆਪਾਂ ਵੀ ਛਿਪਣਾ, ਕਿਉਂਕਿ ਵਾਰੀ ਆਪੋ ਆਪਣੇ ਚਲੇ ਮਸਾਇਬ ਸੇ। ਮਹਾਰਾਜ ਜੀ ਫਰਮਾਨ ਕਰਦੇ ਆ, ਭਰਿਆ ਲੋਕਾ ਤੇਰਾ ਜੀਵਨ ਹੈ ਕਿੰਨਾ। ਕੰਦੀ ਉੱਤੇ ਰੁਖੜਾ ਕਿਚ ਰੁਖ ਬੰਦੇ
ਬਰੀਦਾ ਕੱਚੇ ਭਾਂਡੇ ਰੱਖੀਆਂ ਖਿੱਚਰ ਤਾਈ ਨੀਰ ਖਿੱਚਰ ਤਾਈ ਨੀਰ ਬਗੁਰੂ ਡੈਰੀ ਸਾਹ ਸੰਗਤ ਜੀ ਕੋਈ ਨਦੀ ਦੇ ਕਿਨਾਰੇ ਰੁੱਖ ਉੱਗ ਜਾਵੇ ਆਪਾਂ ਉਹਦੀ ਕਿੰਨਾ ਕੁ ਚਿਰ ਆਸ ਕਰ ਸਕਦੇ ਹਾਂ। ਪਤਾ ਨਹੀਂ ਕਦੋਂ ਪਾਣੀ ਦਾ ਵਹਾਓ ਤੇਜ ਆਵੇ ਔਰ ਉਸ ਰੁੱਖ ਨੂੰ ਭਗਾ ਕੇ ਲੈ ਗਏ। ਮਹਾਰਾਜ ਜੀ ਕਹਿੰਦੇ ਤੇਰਾ ਜੀਵਨ ਵੀ ਨਦੀ ਕਿਨਾਰੇ ਉੱਗੇ ਹੋਏ ਰੁੱਖ ਜਿੰਨਾ ਹੀ। ਪਤਾ ਨਹੀਂ ਕਦੋਂ ਮੌਤ ਦਾ ਵਹਾਓ ਆਉਣਾ ਔਰ ਇਸ ਰੁੱਖ ਨੂੰ ਭਗਾ ਕੇ ਲੈ ਜਾਣਾ ਔਰ ਕੱਚੇ ਭਾਂਡੇ ਵਿੱਚ ਆਪਾਂ ਜਲ ਭਰ ਕੇ ਰੱਖ ਦਈਏ ਉਹਦੀ ਕਿੰਨਾ ਕੁ ਚਿਰ ਆਸ ਕਰ ਸਕਦੇ ਹਾਂ। ਸਤਿਗੁਰੂ ਜੀ ਫਰਮਾਨ ਕਰਦੇ ਚੇਤਨਾ ਹੈ ਤੋ ਚੇਤ ਲੈ ਇਸ ਦਿਨ ਮੈਂ ਪ੍ਰਾਣੀ ਛਿੰਨ ਛਿੰਨ ਔਗ ਵਿਹਾਰਦੇ ਫੁੱਟੇ ਘੱਟ ਦਿਓ ਪਾਣੀ ਜਿਸ ਤਰ੍ਹਾਂ ਫੁੱਟੇ ਉਹ ਘੜੇ ਵਿੱਚੋਂ ਪਾਣੀ ਰਿਸਦਾ 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 ਘੜਾ ਖਾਲੀ ਹੋ ਜਾਂਦਾ। ਗੁਰੂ ਪਿਆਰੀ ਸਾਧ ਸੰਗਤ ਜੀ ਆਹ ਕਲ ਰੂਪੀ ਘੜੇ ਵਿੱਚੋਂ ਸਵਾਸਾਂ ਰੂਪੀ ਪਾਣੀ ਰੋਜ਼ ਰਿਸਦਾ ਜਾ ਰਿਹਾ। ਇੱਕ ਦਿਨ ਇਸ ਘੜੇ ਨੇ ਵੀ ਖਾਲੀ ਹੋ ਜਾਣਾ। ਮਹਾਰਾਜ ਜੀ ਆਪਣੀ ਪਾਵਨ ਬਾਣੀ ਵਿੱਚ ਫਰਮਾਨ ਕਰਕੇ ਭਰਿਆ ਜਾਂਦਾ ਜੋ ਕਰੀ ਨਾ ਤੂੰ ਪੁੱਛ ਲੈ
ਇਹ ਮਾਲਕ ਦੇ ਕੋਲੋਂ ਕੀ ਮੰਗਾ ਮੈਂ? ਚਿਰ ਰਹਿਣ ਵਾਲਾ ਸੰਸਾਰ ਵਿੱਚ ਜਦ ਹੈ ਹੋ ਜਾਵੇ ਤੂੰ ਸਤਿਗੁਰ ਜੀ ਆਪਣੀ ਪਾਵਨ ਬਾਣੀ ਪ੍ਰਮਾਣ ਕਰਦੇ ਇੱਕ ਰਿਤ ਮੈਂ ਇੱਕ ਰਿਤ
ਮਾਤਾ ਕਹੀ ਕੱਲੇ ਕੱਲੇ ਘਰ ਦਾ ਦਰਵਾਜ਼ਾ ਖੜਕਾ ਰਹੀ ਹੈ, ਕੋਈ ਪਿਆਜੀ ਦੀ ਮੁੱਠ ਦੇ ਦਿਓ, ਕੋਈ ਪਿਆਜੀ ਦੀ ਮੁੱਠ ਦੇ ਦਿਓ। ਘਰਾਂ ਵਿੱਚੋਂ ਆਵਾਜ਼ ਆਈ, ਕਹਿੰਦੇ ਮਾਤਾ ਤੂੰ ਪਿਆਜੀ ਦੀ ਇੱਕ ਮੁੱਠ ਦੀ ਕੀ ਗੱਲ ਕਰਦੀ ਆ, ਪਿਆਜੀ ਦੀ ਤਾਂ ਗੱਡੇ ਭਰ ਭਰ ਕੇ ਦੇ ਦਈਏ, ਪਰ ਜਿਹੜੀ ਤੂੰ ਦੂਜੀ ਗੱਲ ਕਹਿੰਦੀ ਹੈ ਨਾ, ਪਿਆਜੀ ਦੀ ਮੁੱਠ ਉਸ ਘਰ ਚੋਂ ਚਾਹੀਦੀ ਹੈ ਜਿਸ ਘਰ ਵਿੱਚ ਕਦੇ ਕੋਈ ਮੌਤ ਨਾ ਹੋਈ ਹੋਵੇ। ਹੁਣ ਉਹ ਘਰ ਕਿੱਥੋਂ ਲੱਗੀ ਹੈ, ਏਦਾਂ ਦਾ ਘਰ ਕਿੱਥੋਂ ਲੱਗੀ ਜਿਸ ਘਰ ਵਿੱਚ ਕਦੇ ਕੋਈ ਮੌਤ ਨਾ ਹੋਈ ਹੋਵੇ। ਗੁਰੂ ਕਹਿ ਰਹੀ ਸਾਹ ਸੰਗਤ ਜੀ ਵਰਿੰਦਾ ਕਿੱਥੇ ਤੁਹਾਡੇ ਮਾਂ ਪਿਓ ਜੀ ਨੇ ਚੜੇ ਦੈਤ ਪਾਸੋਂ ਲੱਦ ਗਏ, ਤੂੰ ਅਜੇ ਨਾ ਪਤਰ ਨਹੀਂ, ਸਾਡੇ ਦਾਦੇ ਪੜਦਾਦੇ ਚੜੀ ਹੈ, ਮਾਤਾ ਪਿਤਾ ਗਿਆ। ਹੁਣ ਆਖੀਏ ਕਹਿੰਦੇ ਉਹ ਘਰ ਕਿੱਥੋਂ ਲੱਗੀ ਹੈ ਜਿਸ ਘਰ ਵਿੱਚ ਕਦੇ ਕੋਈ ਮੌਤ ਨਾ ਹੋਈ ਹੋਵੇ। ਤੇ ਗੁਰੂ ਕਹਿ ਰਹੀ ਸਾਹ ਸੰਗਤ ਜਦੋਂ ਇਹ ਗੱਲ ਸੁਣੀ ਇਹਨਾਂ ਘਰਾਂ ਦੇ ਵਿੱਚ, ਫਿਰ ਕਹਿੰਦੇ ਉਸ ਮਾਤਾ ਨੂੰ ਗਿਆਨ ਹੋਇਆ ਵੀ ਇਹ ਤਾਂ ਨਾ ਏਦਾਂ ਦਾ ਕੋਈ ਘਰ ਨਹੀਂ ਜਿਸ ਘਰ ਵਿੱਚ ਕਦੇ ਕੋਈ ਮੌਤ ਨਾ ਹੋ। ਇਹ ਇੱਕ ਅਟਲ ਮੌਤ, ਇੱਕ ਅਟਲ ਸੱਚਾਈ ਹੈ ਜਿਹੜੀ ਸਭ ਨੂੰ ਆਉਣੀ ਹੈ। ਆਪਾਂ ਚਾਹੇ ਜਿੰਨੇ ਮਰਜ਼ੀ ਇਹਦੇ ਪਾਈ ਜਾਈਏ ਲੈ ਵੀ, ਪਰ ਸਾਨੂੰ ਪਤਾ ਇੱਕ ਨਾ ਇੱਕ ਦਿਨ ਆਪਾਂ ਸਾਰਿਆਂ ਨੇ ਜਾਣਾ ਸਭ ਨੂੰ। ਮਹਾਰਾਜ ਜੀ ਕਹਿੰਦੇ ਚਿੰਤਾ ਕਰਕੇ ਕੀਜੀਏ ਜੋ ਅਨਹੋਣੀ ਹੋਏ, ਇਹ ਮਾਰ ਸੰਸਾਰ ਕੋ ਨਾਨਕ ਫਿਰ ਨਹੀਂ। ਕਹਿੰਦੇ ਚਿੰਤਾ ਤਾਂ ਉਹਦੀ ਗੱਲ ਜਿਹੜੀ ਅਨਹੋਣੀ ਹੈ ਤਾਂ ਪਤਾ ਹੀ ਸਾਰਿਆਂ ਨੂੰ ਵੀ ਜਾਣਾ ਹੈ। ਜੇ ਸੋ ਬਰਿਆ ਜੀਵਣਾ ਭੀ ਤਨ ਹੋਸੀ, ਖੇ ਭਾਵੇਂ ਕੋਈ ਹਜ਼ਾਰ ਸਾਲ ਵੀ ਜੀ ਲਵੇ, ਪਰ ਇੱਕ ਨਾ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਸਭ ਨੂੰ ਜਾਣਾ ਪੈਣਾ। ਇਹਦੇ ਲਈ ਫਿਰ ਤੁਸੀਂ ਜਿੰਨੇ ਮਰਜ਼ੀ ਆਪਾਂ ਦੇਖਦੇ ਹਾਂ, ਭਾਵੇਂ ਕਹਿੰਦੇ ਜਿੰਨੇ ਮਰਜ਼ੀ ਆਪਣੇ ਬੋਡੀ ਗਾਰਡ ਰੱਖ ਲਓ, ਜਿੰਨੀਆਂ ਮਰਜ਼ੀ ਤੁਸੀਂ ਆਪਣੀਆਂ ਹਫਾਜ਼ਤਾਂ ਕਰ ਲਿਓ, ਤਾਂ ਗੁਰੂ ਕਹਿ ਰਹੀ ਸਾਹ ਸੰਗਤ ਜੀ ਮਰਜ਼ੀ ਪਾਵਨ ਬਾਣੀ ਫਰਮਾਨ ਕਰਦੀ ਜਦੋਂ ਮੌਤ ਨੇ ਆਉਣਾ ਨਾ ਕਿ ਸਹਿਸ ਸਿਆਣ ਪੱਲਾ ਕੋਏ ਤਾਂ ਇੱਕ ਨਾ ਚੱਲੇ। ਜਦੋਂ ਮੌਤ ਨੇ ਆਉਣਾ ਨਾ ਜੇ ਕਿਸੇ ਨੇ ਨਾ ਮਾਰਿਆ
ਹਰ ਲਾਹਾ
ਆਗੇ ਵਧਣ ਸਹੇਲਾ ਇੱਥੋਂ ਉਹ ਰਾਹ ਕੱਟ ਕੇ ਜਾਈਏ ਜਿਹਦੇ ਨਾਲ ਜਾ ਕੇ ਅੱਗੇ ਵਸਣਾ ਸਾਨੂੰ ਸੁਖਾਲਾ ਹੋ ਜਾਵੇ। ਆਪਾਂ ਵਿਦੇਸ਼ ਜਾਂਦੇ ਹਾਂ ਨਾ, ਉੱਧਰ ਵੀ ਤਰਾਸੀ ਕੋਲ ਲੈ ਕੇ ਜਾਂਦੇ ਹਾਂ। ਫਿਰ ਗੁਰੂ ਪਿਆਰੀ ਸਾਹ ਸੰਗਤ ਜੀ ਮਹਾਰਾਜ ਜੀ ਕਹਿੰਦੇ ਉੱਥੇ ਜਾਣਾ, ਉੱਥੇ ਦੀ ਕਰਾਸੀ ਵੀ ਇਕੱਠੀ ਕਰ ਲੈ। ਪਰ ਅਸੀਂ ਕਲਯੁਗੀ ਜੀਵੇ ਹਾਂ, ਅਸੀਂ ਇਸ ਮੌਤ ਨੂੰ ਭੁਲਾ ਕੇ ਬਹਿ ਜਾਂਦੇ ਹਾਂ। ਸਤਿਗੁਰ ਤਾਂ ਆਪਣੀ ਪਾਵਨ ਬਾਣੀ ਪ੍ਰਮਾਣ ਕਰਦੇ ਆ, ਕਹਿੰਦੇ ਜਿਹੜਾ ਮਿੱਟੀ ਦਾ ਪੁੱਤਰਾ ਕਰਦਾ ਕੀ ਹੈ। ਆਪਾਂ ਸਾਰੇ ਮਿੱਟੀ ਦੇ ਪੁੱਤਰੇ ਹਾਂ, ਕੀ ਕਰਦੇ ਆ। ਗੁਰੂ ਪਿਆਰੀ ਸਾਹ ਸੰਗਤ ਸਾਡੇ ਪੂਜਕ ਸਤਿਗੁਰ ਸਵਾਮੀ ਚਰਨਦਾਸ ਜੀ ਮਹਾਰਾਜ ਉਹਨੇ ਕਈ ਵਾਰੀ ਬਚਨ ਫਰਮਾਉਣਾ ਕਰਨਾ, ਜਦੋਂ ਕਿਸੇ ਦੀ ਮੌਤ ਹੁੰਦੀ ਹੈ ਨਾ, ਇਹ ਨਾ ਸੋਚਿਆ ਕਰੋ ਲੈ ਕੇ ਉਹ ਬੰਦਾ ਮਰ ਗਿਆ ਉਹ ਮਰ ਗਿਆ। ਕਹਿੰਦੇ ਉਸ ਵੇਲੇ ਆਪਣੀ ਮੌਤ ਨੂੰ ਯਾਦ ਕਰ ਲਿਆ ਕਰੋ, ਮੈਂ ਵੀ ਮਰਨਾ ਬਸ ਆਹੀ, ਇੰਨਾ ਯਾਦ ਕਰ ਲਿਆ ਕਰੋ ਵੀ ਅਸੀਂ ਵੀ ਮਰਨਾ। ਆ ਜਿਹਨੇ ਗੁਰੂ ਪਿਆਰੀ ਸਾਹ ਸੰਗਤ ਜੀ ਅਸੀਂ ਸਾਰੇ ਮੌਤ ਨੂੰ ਭੁਲਾ ਕੇ ਬੈਠ ਜਾਂਦੇ। ਮਹਾਰਾਜ ਜੀ ਫਰਮਾਨ ਕਰ, ਜਦੋਂ ਮੌਤ ਨੂੰ ਭੁਲਾ ਕੇ ਬਹਿੰਦਾ ਨਾ, ਫਿਰ ਬੰਦਾ ਕਰਦਾ ਕੀ। ਮਾਟੀ ਨੋ ਪੁੱਤਰ ਦਾ ਕੈਸੇ ਨਾ ਚੱਲੇ, ਮੈਂ
माटी को पुत्रा कैसे नाचत है, देखे देखे सुने बोले द्वारियो फिरत है। मिट्टी के पुत्र या गुरु प्यारी सास मंदरी आपा किदा नाचते फिरते महाराज जी मेरे सुनदा बोलदा दौड़ा फिरदा जब किस पावे तब गर्भ करता है माया गई तब रूप लग जब कुछ पौधा कि गर्भ हंकार करता है जो को कुछ चलिया करता कुछ जाता है ते रोवण लग पैदा है। ਆਖਰੀ ਪੰਕਤੀ ਅੰਤ ਮਾਇਆ ਫਰਮਾਨ ਕਰਦੇ ਕਿ ਹਰਵਦਾਸ ਬਾਜੀ ਜਬ ਪਾਈ ਬਾਜੀ ਦੱਸੋ ਮੋਹੇ ਪ੍ਰੀਤ ਬਣ ਆਈ ਮੇਰੀ ਪ੍ਰੀਤਾਂ ਉਸ ਸੰਸਾਰ ਨੂੰ ਬਣਾਉਣ ਵਾਲੇ ਨਾਲ ਲੱਗੀ ਹੋਈ ਹੈ। ਔਰ ਗੁਰੂ ਪਿਆਰੀ ਸਾਹ ਸੰਗਰੇ ਆਓ ਆਪਣਾ ਸਮਾਂ ਹੋਈ ਮਾਤ ਦੀ ਯਾਦ ਵਿੱਚ ਗੁਜ਼ਾਰੀਏ ਪਰਮਾਤਮਾ ਦਾ ਸਿਮਰਨ ਕਰੀਏ। ਗੁਰੂ ਪਿਆਰੀ ਸਾਹ ਸੰਗਰੇ ਤੋਂ ਕਈ ਪ੍ਰਾਪਤ ਮਾਨਵ ਹੋਈ ਆ ਗੋਬਿੰਦ ਮਿਲਣ ਕੀ ਕਿਉਂਕਿ ਵਚਨ ਫਰਮਾਉਣਾ ਕਹਿਣਾ ਕੋਈ ਬੰਦਾ ਦੁਬਈ ਚਲਿਆ ਜਾਂਦਾ ਇੰਗਲੈਂਡ ਕਨੇਡਾ ਅਮਰੀਕਾ ਚਲਿਆ ਜਾਂਦਾ ਬਾਹਰਲੇ ਦੇਸ਼ ਚਲਿਆ ਜਾਂਦਾ ਨਾ ਸਾਨੂੰ ਇੱਕ ਆਸ ਨਹੀਂ ਲੱਗੀ ਰਹਿੰਦੀ ਹੈ ਲੈ ਕੇ ਇਹਨੇ 2 ਸਾਲਾਂ ਨੂੰ ਵਾਪਸ ਆ ਜਾਣਾ 5 ਸਾਲਾਂ ਨੂੰ ਵਾਪਸ ਆ ਜਾਊਗਾ 10 20 ਸਾਲਾਂ ਨੂੰ ਵਾਪਸ ਆਊਗਾ ਕਦੇ ਤਾਂ ਆਊਗਾ ਹੀ ਵਾਪਸ। ਪਰ ਗੁਰੂ ਪਿਆਰੀ ਸਾਹਿਬ ਜੀ ਇੱਕ ਤਾਂ ਇਹ ਦੇਸ਼ ਆ ਜਿੱਥੋਂ ਸਾਨੂੰ ਆਸ ਰਹਿੰਦੀ ਹੈ ਕਿ 5-7 ਸਾਲਾਂ 10-20 ਸਾਲਾਂ ਨੂੰ ਬੰਦਾ ਨੌਕਰੀ ਆ ਜਾਊਗਾ ਇੱਕ ਇਹਦੋਂ ਪਰੇ ਹੋਰ ਦੇਸ਼ ਆ ਜਿੱਥੇ ਕੁਲਦੀਪ ਜੀ ਗਏ ਆ ਨਾ ਹੁਣ ਚਿੱਠੀ ਨਾ ਸੰਦੇਸ਼ ਜਾਣੇ ਗੋ ਕੌਣ ਸਾ ਦੇਸ਼ ਜਹਾਂ ਤੋਂ ਨਾ ਕੋਈ ਚਿੱਠੀਆਂ ਨਾ ਕੋਈ ਸੁੱਖ ਸੁਨੇਹੇ ਨਾ ਕੋਈ ਫੋਨਾਂ ਤੇ ਗੱਲ ਹੋਣੀ ਨਾ ਹੁਣ ਆਸੇ ਰਹਿ ਗਈ ਲੈ ਕੇ 5 ਸਾਲਾਂ ਨੂੰ ਮੁੜ ਕੇ ਆ ਜਾਊਗਾ 10 ਸਾਲਾਂ ਨੂੰ ਮੁੜ ਕੇ ਆ ਜਾਊਗਾ 20 ਸਾਲਾਂ ਨੂੰ ਮੁੜ ਕੇ ਇੱਥੇ ਸਾਰੀਆਂ ਆਸਾਂ ਖਤਮ ਹੋ ਗਈਆਂ ਸਾਰੇ ਸੁੱਖ ਸੁਨੇਹੇ ਖਤਮ ਹੋ ਗਏ। ਇਹ ਐਦਾਂ ਦਾ ਦੇਸ਼ ਹੈ ਕਿਉਂਕਿ ਉਹ ਪਹੀਆਂ ਦਿਖਦੀਆਂ ਢੇਰੀਆਂ ਉੱਡਣ ਜਿਨ੍ਹਾਂ ਤੇ ਕੱਖ ਉਧਰੋਂ ਕੋਈ ਨਹੀਂ ਬੌੜਿਆ ਇਧਰੋਂ ਤੁਰ ਗਏ ਲੱਖ। ਗੁਰੂ ਪਿਆਰੀ ਸਾਧ ਸੰਗਤ ਜੀ ਜਿਹੜਾ ਚਲਿਆ ਨਾ ਉਸ ਦੇਸ਼ ਵਿੱਚ ਫਿਰ ਉਹ ਸਾਰੀਆਂ ਆਸਾਂ ਖਤਮ ਕਰ ਗਏ ਕੋਈ ਆਸ ਨਹੀਂ। ਆ ਸੰਸਾਰ ਦੀ ਰਚਨਾ ਪਰਮਾਤਮਾ ਨੇ ਰਚੀ ਸਤਯੁਗ ਦੁਆਪਰ ਤ੍ਰੇਤਾ ਕਲਯੁਗ ਇੱਥੇ ਜਿੱਦਾਂ ਦੀਆਂ ਰੁੱਤਾਂ ਸੀਗੀਆਂ ਚੱਲਦੀਆਂ ਉਹ ਹਜੇ ਤੱਕ ਵੀ ਚੱਲੀਆਂ ਆ ਰਹੀਆਂ। ਮਹਾਰਾਜ ਜੀ ਕਹਿੰਦੇ ਸੰਸਾਰ ਦੀਆਂ ਰੁੱਤਾਂ ਤਾਂ ਮੁੜ ਮੁੜ ਕੇ ਆ ਜਾਣੀਆਂ ਸੱਜਣਾ
ਜਦੋਂ ਤੂੰ ਸੰਸਾਰ ਤੋਂ ਚਲੇ ਜਾਣਾ ਜਨਮ ਜਨਮ ਕੀ ਕਾਟੇ ਕਾਜ਼ਰ ਨਿਤ ਨਾਮ ਦੇ ਦੂਤ ਪਿਆਇਆ
ਤੋ ਜਗ ਜਨਮ ਸਤ ਨਹੀਂ ਆਇਆ ਜਨ ਰਵਦਾਸ ਰਾਮ ਰੰਗ ਰਾਤਾ ਯੋ ਗੁਰ ਪ੍ਰਸਾਦ ਨਰਕ ਨਹੀਂ ਜਾਤਾ ਸਤਿਗੁਰੂ ਜੀ ਕਿਰਪਾ ਕਰੋ ਪਾਵਨ ਚਰਨਾਂ ਵਿੱਚ ਨਿਵਾਸ ਦੇ ਆਓ ਗੁਰੂ ਪਿਆਰੀ ਸਾਹ ਸਿੰਘ ਇੱਥੇ ਜਿਮਾ ਦੀ ਦਾਜ ਕੇ ਇਸਨਾਨ ਕਰੋ ਫਿਰ ਫਿਰ ਦਾਜ ਕੇ ਆਪੋ ਸਤ ਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੁਨ ਪੈ ਸਤ ਰਵਿਦਾਸ ਸਮਾਰਾਜ ਕੀ ਬੋਲੇ ਸੁਨ ਨਾਮ ਸਤ ਸ੍ਰੀ ਅਕਾਲ ਗੁਰੂ ਪਿਆਰੀ ਸਾਹ ਸਿੰਘ ਜੀ ਕਿਉਂਕਿ ਸਮਾਂ ਭਾਵੇਂ ਸੀ ਜ਼ਿਆਦਾ ਵੀ ਲਾ ਦੇ ਕਿਉਂਕਿ ਆਪ ਸੰਤ ਫਤਿਹ ਤੁਲਤਨ ਬਾਬਾ ਰਾਮਦਾਸ ਜੀ ਮਹਾਰਾਜ ਤਿਰੰਤ ਬਸ ਸਾਹਿਬ ਸੂਜਕ ਸਤਿ ਸ੍ਰੀ ਚਰਨਦਾਸ ਜੀ ਮਹਾਰਾਜ ਜੀ ਜਿਨ੍ਹਾਂ ਦਾ ਸੋਲ੍ਹਵਾਂ ਬਰਸੀ ਸਮਾਗਮ 9 ਅਕਤੂਬਰ ਦਿਨ ਬੁੱਧਵਾਰ ਨੂੰ ਆਪ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਤੋ ਕਾਫੀ ਸੰਗਤਾਂ ਜਿਹੜੇ ਕੰਮ ਕਾਫੀ ਕਰਨ ਵਾਲੇ ਮੈਂ ਤਾਂ ਪਹਿਲਾਂ ਸਵੇਰੇ ਕਿਸੇ ਮੁੰਡੇ ਨੂੰ ਭੇਜਿਆ ਨਾ ਫਿਰ ਮੈਂ ਕਿਹਾ ਡਰ ਨਹੀਂ ਜਾ ਪਰ ਨਹੀਂ ਮੈਂ ਕਿਹਾ ਜਦੋਂ ਕਿਹਾ ਤਾਂ ਜਾਣਾ ਜ਼ਰੂਰੀ ਤੋ ਗੁਰੂ ਪਿਆਰੀ ਸਾਹ ਸਿੰਘ ਜੀ ਵੀ ਹਾਂਜੀ ਕਬੂਲ ਕਰਿਓ ਔਰ ਸੰਗਤ ਜਿੱਤਣਾ ਵਿੱਚ ਬੇਨਤੀ ਹੈ ਫਿਰ 9 ਅਕਤੂਬਰ ਸਾਰੇ ਦਰਸ਼ਨ ਦੇ ਵੀ ਪ੍ਰਾਰਥਨਾ ਕਰਿਓ ਸਤਿਨਾਮ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਕਿਵੇਂ ਤਾਪਨ ਮਰਨ ਹਰਾ ਦੁਖੰਤਾ ਸੁਖਰਾਸ ਤਾਪੋ ਵਿਘਨ ਪੂਜਾ ਰਹਿ ਜਾਤੀ ਪ੍ਰਭਾ ਦੇ ਰਾਸ ਅਰਦਾਸ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਹੈ ਸ਼੍ਰੀ ਗੁਰੂ ਅਰਜਨ ਸਾਹਿਬ ਵਾਹਿਗੁਰੂ ਜੀ ਕੋਲ ਜੀ ਕੀ ਫਤਿਹ ਜਗਤ ਵਿੱਚ ਪਹਿਲਾਂ ਰੱਬੀ ਸਿਮਰ ਚਾਹੇ ਗੁਰੂ ਨਾਨਕ ਦੇਵ ਜੀ ਆਏ ਫਿਰ ਆਪਣੇ ਗੁਰੂ ਕੇ ਅਰਦਾਸ ਰਾਮਦਾਸ ਸਾਹਿਬ ਅਰਜਨ ਹਰਗੋਬਿੰਦ ਗੋ ਸਿਮਰੋ ਸ਼੍ਰੀ ਹਰਾਏ ਸ਼੍ਰੀ ਹਰਕ੍ਰਿਸ਼ਨ ਧਿਆਈ ਹੈ ਵੀ ਰੁੱਖਿਆ ਸਭ ਦੁੱਖ ਜਾਏ ਤੇ ਬਹਾਦਰ ਸਿਮਰਿਆ ਪਰਮਿਤਾ ਵੈ ਧਾਰੇ ਸਭ ਥਾਈ ਹੋਏ ਸਾਹਿਬ ਦਸਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਾਹਿਬ ਦਸਾਂ ਪਾਤਸ਼ਾਹ ਜੀ ਸੋ ਬਲ ਤੋਂ ਵਿਆਪਕ ਸਰੂਪ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰਿਆਂ ਦਾ ਧਿਆਨ ਕਰਕੇ ਬੋਲਾਂ ਜੀ ਵਾਹਿਗੁਰੂ ਵਾਹਿਗੁਰੂ ਅੰਨਾ ਪਿਆਰਿਆ ਚੌਹਾਂ ਸਾਹਿਬ ਦੀਆਂ 40 ਮੂਰਤੀਆਂ ਹੱਟੀਆਂ ਜਪੀਆਂ ਕਰਦੀਆਂ ਜਿਹਨਾਂ ਤੇਰਾ ਨਾਮ ਜਪਿਆ ਵੰਡ ਛਕਿਆ ਦਿਨ ਕਰਾਏ ਤੇ ਪੜ੍ਹਾਈ ਦੇਹ ਕੇ ਅੰਮ੍ਰਿਤ ਕੀਤਾ ਬਿਨਾਂ ਪਿਆਰਿਆਂ ਸੁਚਿਆਰਿਆਂ ਦੀ ਗੁਰਬਾਣੀ ਦਾ ਧਿਆਨ ਕਰਕੇ ਬੋਲਾਂ ਜੀ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘੀਆਂ ਧਰਮੇ ਸਿੱਧ ਤੇ ਗੁਰਦੁਆਰਿਆਂ ਦੀ ਸੇਵਾ ਲਈ ਪਾਤਸ਼ਾਹ ਜਿੰਨੀ ਉਹਨਾਂ ਸਵਾਸਾਂ ਦੀ ਪੂਰੀ ਭਾਸ਼ਾ ਕੀਤੀ ਸੀ ਆਪਣੇ ਆਪ ਨੂੰ ਪੂਰੀ ਕਰਵੇ ਹੋਏ
ਕਈ ਦਿਨਾਂ ਤੋਂ ਕਾਲ ਚਲਾਣਾ ਕਰਦੇ ਸੀ ਮਹਾਰਾਜ। ਉਹਨਾਂ ਦੇ ਨਿਮਿਤ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਆਪ ਜੀ ਦਾ ਰੂਪ ਆਸਰਾ ਲੈਂਦੇ ਹੋਏ ਧਰਤੀ ਬਾਣੀ ਆਈ। ਤਿੰਨ ਸਗਲੀ ਚੰਦ ਮਟਾਈ ਦੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਪ੍ਰਣ ਪੜਵਾਏ ਗਏ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ। ਉਹ ਬਾਣੀ ਪੜ੍ਹੀ ਸੁਣੀ ਗਾਵੀ ਆਪਣੇ ਦਰ ਕਰ ਪ੍ਰਵਾਨ ਕਰਨੀ ਸੱਚੇ ਪਾਤਸ਼ਾਹ ਜੀ। ਉਹ ਬਾਣੀ ਪੜ੍ਹਦਿਆਂ ਕੋਲੋਂ ਸੱਚੇ ਪਾਤਸ਼ਾਹ ਬਿਆੰਤ ਬਿਆੰਤ ਪੁਦਾ ਹੋ ਜਾਂਦੇ ਹਨ ਜਨਮ ਸੁਣਤੇ ਮਾਤਾ ਦਾ ਮਹਾਰਾਜ। ਇਸ ਦਾ ਭਾਵ ਬਾਣੀ ਪੜ੍ਹੀ ਸੁਣੀ ਦਾ ਭਾਵ ਸੱਚੇ ਪਾਤਸ਼ਾਹ ਹੋਰ ਆਦੀਆਂ ਵਿਆਦੀਆਂ ਤੋਂ ਬਚਾ ਕੇ ਰੱਖਣਾ ਸੱਚੇ ਪਾਤਸ਼ਾਹ ਜੀ। ਉਹ ਹਰ ਗੱਲ ਫਤਿਹ ਕਰਨੀ ਹੋਰ ਪਹਿਲਾਂ ਤੋਂ ਬਚਾ ਕੇ ਰੱਖਣਾ 84 ਲੱਖ ਗਿਣਤ ਤੋਂ ਬਚਾ ਕੇ ਰੱਖਣਾ ਮਹਾਰਾਜ। ਦਰਬਾਰਾਂ ਵਿੱਚ ਅੱਗੇ ਵਾਸਤੇ ਮਤਲਬ ਚਾਰ ਖੁਸ਼ੀਆਂ ਬਚਣੀਆਂ ਮਹਾਰਾਜ ਜਿਨ੍ਹਾਂ ਦੇ ਜਾਤ ਸੱਚੇ ਪਾਤਸ਼ਾਹ ਜੀ। ਉਹ ਕੱਲ ਜੋ ਉਹਨਾਂ ਕੀਰਤਨ ਕਰਦਾ ਹੁੰਦਾ ਗੌਰਮੁਖ ਜਪੀਆ ਲਾਏ ਕੇ ਉਹਨਾਂ ਦੇ ਮਹਾਂਮਤਾਂ ਨੂੰ ਸਾਥ ਸੱਚੇ ਪਾਤਸ਼ਾਹ ਜੀ। ਕੀਰਤਨ ਮਹਿਮਾ ਸੁੰਦਰ ਬਿਆੰਤ ਸੱਚੇ ਪਾਤਸ਼ਾਹ ਜੀ। ਉਹ ਜਿਨ੍ਹਾਂ ਦੇ ਜਾਤ ਗੁਰੂਪਾ ਕੀਰਤਨ ਕਰਦਿਆਂ ਕੋਲੋਂ ਬਿਆੰਤ ਬਿਆੰਤ ਪੁਦਾ ਹੋ ਜਾਂਦੀਆਂ ਹਨ ਸੱਚੇ ਪਾਤਸ਼ਾਹ ਜੀ। ਉਹ ਹਰ ਗੱਲ ਫਤਿਹ ਕਰਨੀ ਅਸੀਂ ਕਾਲੀ ਜੀਵਨ ਖੇਤਰ ਗੁਰਨਾ ਰਹੋ ਰਾਤੀਆਂ ਵਿਆਹੀ ਤੋਂ ਬਚਾ ਕੇ ਰੱਖਣਾ ਚਾਹੁੰਦੀ ਖਰਾਬ ਸ਼੍ਰੀ ਮਹਾਰਾਜ ਸੱਚੇ ਪਾਤਸ਼ਾਹ ਜੀ। ਉਹ ਸੰਤਾਂ ਵੱਲੋਂ ਜੋ ਦਿਲ ਫੁੱਲ ਲੈ ਕੇ ਹਾਜ਼ਰ ਹੋਏ ਨੇ ਸਭਨਾਂ ਦੀਆਂ ਭੇਟਾਂ ਆਪਣੇ ਕਾਰ ਕਰ ਪ੍ਰਵਾਨ ਕਰਨੀਆਂ ਕਦਮ ਕਦਮ ਚੱਲਿਆ ਲਿਖੇ ਦੇ ਵਿੱਚ ਲਾਉਣਾ ਸੱਚੇ ਪਾਤਸ਼ਾਹ ਜੀ। ਉਹ ਆਪ ਜੀ ਨੂੰ ਸ਼ੁਦਰ ਮਾਲੇ ਗੁਸਾਲੇ ਭੇਟ ਕੀਤੇ ਗਏ ਹਨ ਮਹਾਰਾਜ। ਆਪ ਦੀ ਕਾਰ ਕਰੋ ਸੇਵਕਾਂ ਦੇ ਲੋਕ ਪਰ ਲੋਕ ਪੜ੍ਹਦੇ ਕਦੇ ਰੱਖਣੇ ਮਹਾਰਾਜ। ਆਪ ਜਦ ਮਨ ਹੋਇਆ ਸਿਰ ਪਾਉ ਸਿਰ
ਇਸ ਜਨਮ ਮੇਲੇ ਨਾਨਕ ਪ੍ਰਗਟ ਬਹਾਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸਾਜੇ ਨਵਾਂ ਜੀ ਸਭ ਸੰਗਤ ਜੀਓ, ਆਪ ਜੀ ਨੂੰ ਪਤਾ ਹੀ ਹੈ ਕਿ ਸ਼੍ਰੀ ਕੁਲਦੀਪ ਚੰਦ ਜੀ ਜਿਹਨੇ ਉਹਨਾਂ ਨੂੰ ਸਵਾਸਨ ਦੀ ਪੂਰੀ ਵਸ਼ ਕੀਤੀ ਸੀਗੀ, ਅਕਾਲ ਪੁਰਖ ਨੇ ਆਪਣੀ ਆਯੂ ਪੂਰੀ ਕਰਦੇ ਹੋਏ ਕਈ ਦਿਨਾਂ ਤੋਂ ਘਰ ਚਲਾਉਣ ਕਰ ਗਏ ਸੀ, ਜੋ ਕਿ ਉਹਨਾਂ ਦੇ ਵਿੱਚ ਪਰਿਵਾਰ ਵੱਲੋਂ ਧੜਕੇ ਬਾਣੀ ਆਈ ਚੰਸਰ ਦੀ ਚੰਦ ਮਿਠਾਈ ਦੇ ਗੁਰਦੁਆਰਾ ਸਾਹਿਬ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਯਾਦ ਪ੍ਰਾਪਤ ਕਰਵਾਏ ਗਏ ਸੀ, ਜੋ ਨਿਰਵੀਰਤਾ ਸਾਹਿਤ ਭੋਗ ਪਾਏ ਗਏ ਹਨ। ਉਸ ਤੋਂ ਉਪਰੰਤ ਸਾਡੇ ਮਹਾਂਪੁਰਸ਼ 108 ਸੰਤ ਸਤਨਾਮ ਦਾਸ ਜੀ ਗੱਜਰ ਮਹਿਦੂਲ ਚੇਚੋ ਵਾਲੇ, ਜਿਨ੍ਹਾਂ ਨੇ ਆਪ ਜੀ ਨੂੰ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜੁੱਤੀ ਅਦਾਇਤ ਧਰਨਾ ਦੇ ਮਹਾਂਵਾਕ ਅਨੁਸਾਰ ਆਪ ਜੀ ਨੂੰ ਕੀਰਤਨ ਕਰਕੇ ਨਿਹਾਲ ਕੀਤਾ। ਅਸੀਂ ਮਹਾਂਪੁਰਸ਼ਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਦੀ ਇੰਨੀ ਆਵਾਜ਼ ਸੁੰਦਰ ਅਤੇ ਸੁਰੀਲੀ ਹੈ। ਅਤੇ ਉਸ ਤੋਂ ਉਪਰੰਤ ਆਈਆਂ ਸੰਗਤਾਂ ਦਾ ਸਾਰੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਪਰਿਵਾਰ ਵੱਲੋਂ। ਸਾਧ ਸੰਗਤ ਜੀ, ਹੁਣ ਗੁਰੂ ਘਰ ਲੰਗਰ ਤਿਆਰ ਹੈ, ਸਾਰੀਆਂ ਸੰਗਤਾਂ ਨੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।